ਜੀ ਸਤਿ ਸ੍ਰੀ ਅਕਾਲ ਜੀ ਚੈਨਲ ਟੂਡੇ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੁਏ ਅੱਜ ਪੰਜਾਬ ਸੂਬੇ ਦੇ ਖਬਰਾਂ ਦਾ ਸਵੇਰ ਵੇਲੇ ਦਾ ਸਪੈਸ਼ਲ ਬੁਲਟਨ ਤੇ ਆਪਾਂ ਲੈ ਕੇ ਹਾਜ਼ਰ ਹੋਏ ਅੱਜ ਦੀਆਂ ਵੱਡੀਆਂ ਖਬਰਾਂ ਦੋਸਤੋ ਪਹਿਲਾਂ ਪੰਜਾਹ ਮਰਦਾਂ ਜਿਹਦੀਆਂ ਚੋਣਵੀਆਂ ਖਬਰਾਂ ਤੇ ਸੋ ਜੋ ਖਬਰ ਆ ਰਹੀ ਕਰੋਨਾ ਦੇ ਨਾਲ ਹੀ ਜਿਉਣਾ ਹੋਵੇਗਾ ਜੂਨ ਚ ਆਉਣਗੇ ਸਭ ਤੋਂ ਵੱਧ ਮਾਮਲੇ ਐਮ ਜੀ ਨਿਰਦੇਸ਼ਕ ਹਰਸਿਮਰਤ ਤੇ ਪਾਸਵਨ ਸੂਬੇ ਦੇ ਲੋਕਾਂ ਨੂੰ ਕਰ ਰਹੇ ਹਨ ਗੁੰਮਰਾਹ ਕੈਪਟਨ ਕਣਕ ਤੇ ਦਾਲ ਦੀ ਵੰਡ ਨੂੰ ਲੈ ਕੇ ਆਮੋ-ਸਾਮਣੇ ਹੋਈ ਪੰਜਾਬ ਤੇ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਲਾਕਡਾਊਨ ਤੋਂ ਬਾਹਰ ਨਿਕਲਦੀ ਰਣਨੀਤੀ ਸਪਸ਼ਟ ਕਰਨ ਕੈਪਟਨ ਪੰਜਾਬ ਚ ਅੱਜ ਤੋਂ ਖੁੱਲਣਗੇ ਪਾਵਰ ਕਾਮ ਤੇ ਕੈਸ਼ ਕਾਊਂਟਰ ਭਰੇ ਜਾਣ ਸਕेंगे ਬਿਜਲੀ ਦੇ ਬਿੱਲ ਸਰਕਾਰ ਨੇ ਮੰਦਰ ਮਸਜਿਦ ਤੇ ਗੁਰਦੁਆਰੇ ਬੰਦ ਕਰਕੇ ਸ਼ਰਾਬ ਦੇ ਠੇਕੇ ਖੋਲੇ ਜੱਤੇਦਾਰ ਸੂਬੇ ਦੇ ਸਰਕਾਰੀ ਕਾਲਜ ਤੇ ਯੂਨੀਵਰਸਿਟੀਆ ਚ 15 ਮਈ ਤੱਕ ਤੋਂ 15 ਜੂਨ ਤੱਕ ਛੁੱਟੀਆਂ ਦਾ ਐਲਾਨ ਸਾਬਕਾ ਡੀਜੀਪੀ ਸੁਬੇਦ ਸੈਣੀ ਕਿਲਾ 29 ਸਾਲ ਪੁਰਾਣੇ ਮਾਮਲੇ 'ਚ ਮੁਕਦਮਾ ਦਰਜ ਤੇ ਇਹ ਸੰਗੀ ਆਪਣੀ ਅੱਜ ਦੀਆਂ ਚੌੜੀਆਂ ਖਬਰਾਂ ਤੇ ਹੁਣ ਆਪਾਂ ਗੱਲ ਕਰਾਂਗੇ ਅੱਜ ਦੀਆਂ ਵੱਡੀਆਂ ਖਬਰਾਂ ਦੀ ਹੁਣ ਜੋ ਪਹਿਲੀ ਵੱਡੀ ਖਬਰ ਆ ਰਹੀ ਆ ਕਰੋਨਾ ਦੇ ਨਾਲ ਹੀ ਜਿਉਣਾ ਹੋਵੇਗਾ ਜੂਨ ਤੋਂ ਆਣਗੇ ਸਭ ਤੋਂ ਵੱਧ ਮਾਮਲੇ ਐਮਜ ਨੇ ਦੇਸ਼ਕ ਇੱਕ ਖਬਰ ਆ ਰਹੀ ਆ ਦੇ ਚਾ ਕਰੋਨਾ ਵਾਸਤੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ ਇਸ 'ਚ ਐਮਜ ਨੇ ਨਿਰਦੇਸ਼ਕਰਨ ਦੀਪ ਗੁਲੇਰੀਆ ਨੇ ਕਿਹਾ ਕਿ ਜੂਨ ਮਹੀਨੇ 'ਚ कोरोना वायरस ਦੇ ਮਾਮਲੇ ਸਭ ਤੋਂ ਜ਼ਿਆਦਾ ਆਉਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਡਾਊਨ ਦਾ ਫਾਇਦਾ ਮਿਲਿਆ ਹੈ ਤੇ ਲੋਕਡਾਊਨ ਚ ਕੋਰੋਨਾ ਦੇ ਕਈ ਜ਼ਿਆਦਾ ਨਹੀਂ ਵਧਿਆ ਦੋਸਤੋ ਮਗਰੋਂ ਜੋ ਅਗਲੀ ਵੱਡੀ ਖਬਰ ਆ ਰਹੀ ਹੈ ਸਿਮਰਤ ਤੇ ਪਾਸਵਨ ਸੂਬੇ ਦੇ ਲੋਕਾਂ ਨੂੰ ਕਰ ਰਹੇ ਹਨ ਗੁੰਮਰਾਹ ਕੈਪਟਨ ਇੱਕ ਖਬਰ ਆ ਰਹੀ ਹੈ ਕਾਲੀ ਆਗੂਰ ਸਿਮਰਤ ਕੌਰ ਬਾਦਲ ਨੇ ਕੇਂਦਰੀ ਖੁਰਾਕ ਮੰਤਰੀ ਤੇ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੇ ਅਨਾਜ ਦੀ ਸੂਬੇ ਅੰਦਰ ਵਾਰਡੇ ਚ ਕਿਸੇ ਤਰ੍ਹਾਂ ਦੀ ਦੇਰੀ ਕੀਤੇ ਜਾਣ ਨੂੰ ਮੁੱਢੋਂ ਰੱਦ ਕੀਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਦੇ ਉਲਟ ਦਾਲ ਦੀ ਮਿਕਦਾਰ 50% ਤੇ ਘਟਮਹਿਆ ਕਰਵਾਈ ਗਈ ਜਿਸ ਦੀ ਅਣਹੋਂਦ ਕਰਨ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕਣਕ ਦੀ ਵੰਡ ਵੀ ਨਹੀਂ ਕੀਤੀ ਜਾ ਸਕੀ ਉਸ ਤੋਂ ਮਗਰੋਂ ਜੋ ਅਗਲੀ ਵੱਡੀ ਖਬਰ ਆਈ ਕਣਕ ਦੇ ਦਾਲ ਦੀ ਵੰਡ ਲੈ ਕੇ ਆਮੋ ਸਾਹਮਣੇ ਹੋਈ ਕੇਂਦਰ ਤੇ ਪੰਜਾਬ ਸਰਕਾਰ ਕਰਫਿਊ ਦੌਰਾਨ ਗਰੀਬ ਲੋਕਾਂ ਨੂੰ ਕਣਕ ਤੇ ਦਾਲ ਦੀ ਵੰਡ ਲੈ ਕੇ ਕੇਂਦਰ ਤੇ ਰਾਜ ਸਰਕਾਰ ਆਮੋ ਸਾਹਮਣੀ ਹੋ ਗਏ ਹਨ ਜਿਸ ਦੇ ਤਹਿਤ ਕੇਂਦਰੀ ਮੰਤਰੀ ਰਾਮ ਵਿਚਾਲ ਪਾਸਵਾਨ ਵੱਲੋਂ ਕੀਤੇ ਗਏ ਦਾਅਵੇ ਤੇ ਪੰਜਾਬ ਤੇ ਫੂਡ ਸਪਲਾਈ ਮੰਤਰੀ ਭਾਰਤ ਪੂਸ਼ਨ ਆਸੂ ਨੇ ਸਵਾਲ ਖੜੇ ਕੀਤੇ ਹਨ ਦੋਸਤੋ ਮਗਰ ਜੋ ਅਗਲੀ ਵੱਡੀ ਖਬਰ ਆ ਰਹੀਆ ਪ੍ਰਧਾਨ ਮੰਤਰੀ ਲਾਕਡਾਊਨ ਤੋਂ ਬਾਹਰ ਨਿਕਲਦੀ ਹੈ ਰਣਨੀਤੀਕਰਨ ਸਪਸ਼ਟ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਸੋਂ ਲਾਕਡਾਊਨ ਤੈਨ ਤੋਂ ਬਾਹਰ ਨਿਕਲਦੀ ਹੈ ਰਣਨੀਤੀ ਅਤੇ ਮੁਲਕ ਦੇ ਰਬ ਬਚਾਰੇ ਨੂੰ ਪੈਰਾ ਸੈਰ ਕਰਨ ਲਈ ਅੱਗੇ ਵਧਣ ਦੇ ਰਸਤੇ ਦੀ ਸੁਖਸ਼ਤਾ ਨਾਲ ਪ੍ਰਗਟਾਵਾ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸੂਬਿਆਂ ਨੂੰਦਰਪੇਸ਼ ਮਾਲੀ ਘਾਟੇ ਦੀ ਪੁਸ਼ਟੀ ਅਤੇ ਕੋਵੀ 19 ਦੀ ਰੋਕਥਾਮ ਅਤੇ ਪਰਬੰਧਾਂ ਲਈ ਸੇਵਾ ਸੰਭਾਲ ਤੇ ਰਾਤ ਮਹੱਈਆ ਕਰਾਉਣ ਤੋਂ ਲੈ ਕੇ ਹੋਰ ਵਧੇਰੇ ਖਰਚਿਆਂ ਦੇ ਇਵਜ਼ ਵਿੱਚ 3 ਮਹੀਨੇ ਲਈ ਮਾਲੀ ਗ੍ਰਾਂਟ ਦੇਣ ਦੀ ਵੀ ਮੰਗ ਨੂੰ ਦਰਹਾਇਆ ਹੈ ਪਰ ਦਰਮੰਦਰੋਂ ਲਿਖੇ ਪੱਤਰ ਚ ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਊਨ ਤੋਂ ਬਾਹਰ ਨਿਕਲ ਚ ਦੀਆਂ ਨੀਤੀਆਂ ਸਿਰਫ ਸੁਰੱਖਿਆ ਸੀਮਾਵਾਂ 'ਚ ਹੀ ਰਹਿੰਦੀਆਂ ਕੋਵਿਡ-19 ਦੇ ਫਲਾਉਨ ਨੂੰ ਰੋਕਣ ਲਈ ਪੇਮਾਨੇ ਤੈਅ ਕਰ ਸਕਦੀ ਐ ਸਗੋਂ ਆਸਿਕ ਪੁਨਰ ਸੁਰਜੀਤੀ ਰਸਤੇ ਨੂੰ ਵੀ ਨਿਰਲਦਾ ਰਤ ਕਰ ਸਕਦੀ। ਦੋਸਤੋ ਮਗਰ ਜੋ ਅਗਲੀ ਵੱਡੀ ਖਬਰ ਆ ਰਹੀ ਪੰਜਾਬ 'ਚ ਅੱਜ ਤੋਂ ਕੁੱਲਣਗੇ ਪਾਵਰ ਕਾਮ ਦੇ ਕੈਸ਼ ਕਾਊਂਟਰ ਭਰੇ ਜਾ ਸਕਣਗੇ ਕਿ ਬਿਜਲੀ ਦੇ ਬਿੱਲ ਤੇ ਸਰਕਾਰ ਨੇ ਮੰਦਰ ਮਸਜਿਦ ਤੇ ਗੁਰਦੁਆਰੇ ਬੰਦ ਕਰਕੇ ਸ਼ਰਾਬ ਦੇ ਠੇਕੇ ਖੋਲੇ ਜਥੇਦਾਰ ਇੱਕ ਖਬਰ ਆ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਸ਼ਾਰੀ ਜਥੇਦਾਰ ਸਾਹਿਬ ਯਾਨੀ ਹਰਪੀ ਸੰਗਣੇ ਕੇ ਹਾਕ ਸਰਕਾਰ ਨੇ ਕਰੋਨਾ ਵਾਇਰਸ ਦੇ ਚੱਲਦਿਆਂ ਮੰਦਰ ਮਸਜਿਦ ਤੇ ਗਰਦਰ ਬੰਦ ਕੀਤੇ ਹੋਏ ਹਨ ਤੇ ਸ਼ਰਾਬ ਦੇ ਠੇਕੇ ਖੋਲ ਕੇ ਧਾਰਮਿਕ ਸਥਾਨਾਂ ਤੋਂ ਸ਼ਰਾਬ ਨੂੰ ਘਰ ਬੈਠੇ ਮੰਗਾਉਣ ਸੰਬੰਧੀ ਅਕਾਊਂਟਮੈਂਟ ਕਰਨ ਦੇ ਆਦੇਸ਼ ਜਾਰੀ ਕਰਨਾ ਮੰਦਪਾ ਗਏ। ਉਸ ਤੋਂ ਮਗਰੋਂ ਜੋ ਅਗਲੀ ਵੱਡੀ ਖਬਰ ਆ ਰਹੀ ਸੂਬੇ ਦੇ ਸਰਕਾਰੀ ਕਾਲਜਾਂ ਜੁਨੀਵਰਸਿਟੀਆਂ 'ਚ 15 ਮਈ ਤੋਂ 15 ਜੂਨ ਤੱਕ ਦੀ ਛੁੱਟੀਆਂ ਦਾ ਐਲਾਨ ਕਰੋਨਾ ਵਾਇਰਸ ਦੇ ਕੈਰ ਦੌਰਾਨ ਜਾਰੀ ਕੀਤੇ ਗਏ ਲਾਕਡਾਊਨ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਕਾਲਜ ਤੇ ਯੂਨੀਵਰਸਿਟੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ 15 ਮਈ ਤੋਂ 15 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਹੈ ਦੋਸਤੋ ਮਗਰ ਜੋ ਅਗਲੀ ਵੱਡੀ ਖਬਰ ਹੈ ਇਸ ਸਾਫਟਾ ਡੀਜੀਪੀ ਸੁਮੇਧ ਸੈੜੀ ਖਿਲਾਫ 29 ਸਾਲ ਪੁਰਾਣੇ ਮਾਮਲੇ ਵਿੱਚ ਮੁਕੱਦਮਾ ਦਰਜ ਪੰਜਾਬ ਪੁਲਿਸ ਦੇ ਸਾਫਟਾ ਡੀਜੀਪੀ ਸੁਮੇਧ ਸਿੰਘ ਸੈੜੀ ਖਿਲਾਫ 29 ਸਾਲ ਬਾਅਦ ਇੱਕ ਵਿਅਕਤੀ ਦੇ ਲਾਪਤਾ ਹੋਣ ਬਾਰੇ ਸਵਾਲੋ ਮਾਮਲਾ ਦਰਜ ਕੀਤਾ ਗਿਆ ਮੇਰੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਸੁਮੇਰ ਸਿੰਘ ਸੈਣੀ ਹਿਮਾਚਲ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਹਿਮਾਚਲ ਨਿਪਾਲ ਸੇ ਕਰਫੂ ਪਾਸ ਨਾ ਹੋਣ ਕਰਕੇ ਇਹਨਾਂ ਨੂੰ ਵਾਪਸ ਮੋੜ ਦਿੱਤਾ ਇਹ ਸੰਜੀ ਆਪਣੀ ਅੱਜ ਸਵੇਰ ਵਾਲੀ ਦੀ ਵੱਡੀ ਖਬਰਾਂ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਵੀਡੀਓ ਨੂੰ ਲਾਈਕ ਵੀ ਕਰੋ ਤਾਂ ਹੀ ਹੋਰਨਾਂ ਲੋਕਾਂ ਨੂੰ ਵੀ ਇਹਨਾਂ ਵੀਡੀਓ ਬਾਰੇ ਪਤਾ ਚੱਲ ਸਕੇ ਇਸ ਲਈ ਸ਼ੇਅਰ ਕਰੋ ਧੰਨਵਾਦ